ਮੁਨੀਰੇ ਦਾ ਵਿਆਹ ਆ ਗਿਆ ਯਾਰ, ਫਿਰ ਆਹ ਤੇ ਜਾਣਾ ਆਪਾਂ ਜਾਣਾ ਕਿ ਕੱਪੜੇ ਦਾ ਹੀ ਕੋਈ ਹਿਸਾਬ ਨਹੀਂ ਲੱਗਣ ਦਿਆ ਯਾਰ। ਮੈਂ ਤੇ ਭਰਾਵਾ ਬੋਸਕੀ ਦਾ ਕਮੀਜ਼ ਤੇ ਨਾਲ ਚਿੱਟੀ ਸਲਵਾਰ ਤੇ ਨਾਲ ਚੁੰਝਲਾ ਖੁੱਸਾ। ਮਸੇਰਾ ਨੂੰ ਕੋਈ ਆਇਆ ਯਾਰ, ਫਿਰ ਭਾਰ ਨਾ ਜਾਣਾ, ਸਾਰੇ ਖਾਲਾਂ ਮਸੇਰ ਸਾਰੇ ਇਕੱਠੇ ਹੋਣ ਦੇ, ਚੁੱਪ ਕਰਕੇ ਰਹਿਣਾ, ਜ਼ਿਆਦਾ ਗੱਲ ਨਹੀਂ ਕਰਨੀ। ਸੰਡਾ ਮੈਂ ਵੇਚ ਛੱਡਿਆ ਬੁੜੇ ਵਾਲਾ, ਚੰਗਾ ਕੀਤਾ ਮਾਮਾ, ਲੰਘਣਾ ਔਖਾ ਕੀਤਾ ਸੀ। ਨਹੀਂ ਤਾਂ ਮਸੇਰਾ ਦਾ ਵੀ ਤੇ ਹੁਣ ਵਿਆਹ ਵੇਖਣਾ ਨਾ। ਹਾਂ ਵੇਖਣਾ। ਕੀ ਹਾਲ ਚਾਲ ਹੈ ਜੀ? ਸਿਹਤ ਵੀ ਠੀਕ ਹੈ ਜੀ, ਮਾਸ਼ਾਅੱਲਾ ਜੀ, ਰੱਬ ਦਾ ਕਰਮ ਜੀ। ਦਮ ਕਰਾ ਕੇ ਆ ਰਹੇ ਜੀ। ਕਿਹਨਾਂ ਨੂੰ? ਭਾਈ ਹੁਣਾਂ ਨੂੰ? ਹਾਂਜੀ ਹਾਂਜੀ, ਉਹ ਤੁਹਾਡੇ ਜਿਹੜੇ ਕਜ਼ਨ ਨੇ ਨਾ ਜੀ। ਹਾਂਜੀ, ਮਜੀਦ ਸਾਹਿਬ। ਉਹ ਬਸ਼ੀਰ ਦਾ ਮੁੰਡਾ? ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਤੁਹਾਡਾ ਦੱਸਿਆ ਸੀਗਾ। ਅੱਛਾ ਜੀ। ਅਤੇ ਕਹਿੰਦੇ ਮੈਂ ਕਾਲ ਵੀ ਕਰ ਦਊਂਗਾ। ਕਾਲ ਆਈ ਸੀ ਉਹਨਾਂ ਦੀ? ਪਹਿਰੇ ਆਈ ਸੀ, ਉਹਨੇ ਕੋਈ ਇਹ ਦੱਸਿਆ ਸੀ ਮੈਨੂੰ, ਕੋਈ ਬੰਦਾ ਤੇਰੇ ਵੱਲ ਭੇਜਣਾ ਅੱਗੋਂ। ਹਾਂਜੀ ਹਾਂਜੀ, ਉਹ ਸਾਡਾ ਹੀ ਦੱਸਿਆ ਸੀ ਜੀ। ਅੱਛਾ ਅੱਛਾ, ਸਾਡੇ ਦੇ ਉਹਨਾਂ ਨੇ ਕਿਹਾ ਜੀ ਮੈਂ ਬਸ ਮੇਰਾ ਤੁਸੀਂ ਜਾ ਕੇ ਨਾਂ ਲੈਣਾ ਤੇ ਕੰਮ ਹੋ ਜਾਏਗਾ ਜੀ। ਨਹੀਂ ਭਾਈ ਨੇ ਆਪਣੇ ਭਾਜੀ ਵੀਰ ਆਪਣਾ, ਹਾਂਜੀ ਸਾਡਾ ਬੜਾ ਸੰਗ ਆ, ਤੁਸੀਂ ਹੁਕਮ ਕਰੋ। ਹਾਂਜੀ, ਇਹ ਮੁੰਡਾ ਥੋੜ੍ਹੇ ਦਿਨਾਂ ਵਾਸਤੇ ਤੁਹਾਡੇ ਕੋਲ ਇੱਥੇ ਛੱਡਣਾ। ਅੱਛਾ ਜੀ, ਕੰਮ ਕੁੰਮ ਵਾਸਤੇ? ਨਹੀਂ ਵੈਸੇ ਹੀ ਕੰਮ ਵੀ ਕਰ ਲਿਆ ਕਰੇਗਾ, ਕੰਮ ਦਾ ਵੀ ਕੋਈ ਰੌਲਾ ਨਹੀਂ। ਚੱਲ 4 ਦਿਨ ਹੋ ਗਈ, ਮੁੰਡਾ ਵੀ ਨਹੀਂ ਆਉਣ ਡਿਆ ਕੰਮ ਵਾਲਾ। ਕੋਈ ਨਹੀਂ, ਆ ਪਿੱਛੇ ਆਪਣਾ ਡੇਰਾ। ਹਾਂ ਬਸ, ਆ ਆਪਣੀ ਪੈਲੀ ਆ ਸਾਰੀ, ਰੋਟੀ ਪਾਣੀ ਇਹ ਆ ਕੇ ਪੱਠੇ ਪੁੱਠੇ ਡੰਗਰਾਂ ਨੂੰ ਪਾ ਲੈਂਦਾ, ਗੋਹਾ ਸ਼ੋਹਾ ਚੱਕ ਲੂਗਾ ਜੋ ਤੁਸੀਂ ਕਹੋਗੇ। ਬਸ ਡੰਗਰਾਂ ਨੂੰ ਪਾਣੀ ਸ਼ਾਣੀ ਪਿਆਵੇ, ਵੰਡਾ ਛੰਡਾ ਕਰ ਛੱਡਿਆ ਕਰੇ। ਸਤ ਬਿਸਮਿਲ੍ਲਾ, ਕੋਈ ਰੌਲਾ ਨਹੀਂ। ਅਸੀਂ ਅੱਗੇ ਵੈਸੇ ਵੀ 10-12 ਦਿਨਾਂ ਵਾਸਤੇ ਮਸੇਰਾਂ ਦੇ ਵਿਆਹ ਨੇ। ਆ ਵਿਆਹ ਆ ਗਿਆ, ਉਧਰ ਅਸੀਂ ਉਧਰ ਜਾਣਾ। ਹਾਂਜੀ ਹਾਂਜੀ, ਤਾਂਦਲੇ ਬਸ ਠੀਕ ਹੈ ਤੇ ਪਿੱਛੋਂ ਚਲੋ। ਪੜਿਆ ਪੜਿਆ ਕਿ ਨਹੀਂ? ਪੂਰਾ ਨਹੀਂ, ਵੈਸੇ ਪੜਦਾ ਹੈ। ਅੱਛਾ ਹਾਂ, ਇਲਮ ਕਰਦਾ, ਕਾਲਾ ਇਲਮ ਪੜਦਾ, ਵੈਸੇ ਨਹੀਂ ਪੜਿਆ। ਛੀਛੀ ਆਇਆ? ਨਹੀਂ ਨਹੀਂ, ਇਹ ਜਿਹੜੇ ਕਰਦਾ ਨਾਲ ਦੇ ਨੂੰ ਆ ਜਾਂਦਾ, ਇਹਨੂੰ ਨਹੀਂ ਆਇਆ ਹੁੰਦਾ। ਕੀ ਰੌਲਾ, ਕੀ ਦਮ ਕਿਹੜੀ ਕਲੋ ਕਰਾਇਆ? ਦਮ ਕਰਾਇਆ ਇਹਨੂੰ ਨਾ ਜੀ, ਜਿੰਨ ਚਿੰਬੜਿਆ ਕੋਈ ਮੱਝ ਮੁੱਝ ਦਾ। ਮੱਝ ਮੁੱਝ ਦਾ? ਹਾਂ, ਮੱਝ ਦਾ ਕਿਹੜਾ ਜਿੰਨ ਹੁੰਦਾ? ਮੱਝ ਦਾ ਬਸ ਉਹ ਇਹ ਆ ਕਿ ਆਹ ਕੀ ਕੀਤਾ ਇਹਨੇ ਹੁਣੇ? ਕਿਹੜਾ? ਹਾਂ, ਉਹ ਇਹੀ ਆ ਨਾ, ਇਹੀ ਮਸਲਾ ਨਾ ਇਹਦਾ, ਕਿ ਉਹ ਕਿਤੇ ਗਿਆ, ਕਿਤੇ ਪਤਾ ਨਹੀਂ ਕਿਤੇ ਕੋਈ ਜਿੰਨ ਐਸਾ ਚਿੰਬੜਿਆ ਜਿਹੜਾ ਮੱਝ ਦੀ ਕੋਈ ਸ਼ਕਲ ਦਾ ਆ। ਤੁਹਾਨੂੰ ਕਿੱਦਾਂ ਪਤਾ? ਹੁਣ ਬਾਬਿਆਂ ਨੇ ਦੱਸਿਆ, ਬਾਬਾ ਜੀ ਨੇ। ਕਿਹੜੇ ਬਾਬੇ ਨੇ ਦੱਸਿਆ? ਬਾਬੇ ਭੜਥੂ ਨੇ। ਉਹ ਕਿਹੜਾ ਬਾਬਾ ਭੜਥੂ ਹੈਗਾ? ਇੱਧਰ ਨਾ, ਇੱਥੋਂ ਬਾਬਾ 40 ਕੁ ਮੀਲ ਦੂਰ ਨਾ, ਉਹ ਇੱਕ ਕਬਰਸਤਾਨ 'ਚ ਬੈਠਾ ਹੈ। ਕਿਸੇ ਨੇ ਦੱਸਿਆ ਸੀ ਬਾਬੇ ਭੜਥੂ ਕੋਲ ਲੈ ਜਾਓ, ਤੇ ਉਹ ਆ ਕਿ ਉੱਥੇ ਨਹੀਂ ਸਹੀ ਹੈਗਾ ਬਾਬਾ ਭੜਥੂ। ਇਹਦਾ ਕੀ ਮਤਲਬ ਹੁੰਦਾ? ਉੱਥੋਂ 2-4 ਬੰਦੇ ਲੈ ਕੇ, ਡਾਂਗਾ ਲੈ ਕੇ ਉਹ ਭੜਥੂ ਪਾਓ ਉੱਥੇ, ਉਹਨੂੰ ਇਹ ਪੁੱਛੋ ਕਿ ਐਡਾ ਤੂੰ ਬਾਬਾ ਬਣਿਆ ਫਿਰਦਾ, ਅੱਜ ਤੱਕ ਕਿਸੇ ਨੂੰ ਮਾਝ ਦਾ ਜਿੰਨ ਵੀ ਚੰਬੜਿਆ, ਕਦੀ ਸੁਣਿਆ ਤੂੰ ਆਪਣੀ ਜ਼ਿੰਦਗੀ 'ਚ? ਆ ਕੀ ਉਹ ਯਾਰ, ਮੈਨੂੰ ਕਿਸੇ ਮਾਝ ਦਾ ਸਾਇਆ ਨਹੀਂ ਲੱਗਣ ਦੇ। ਮੈਂ ਇਹੀ ਇਸ਼ਦਾਈ ਜਿਹਾ ਵਾ, ਇਹਦਾ ਜ਼ਿਹਨ ਨਿਆਣੇ ਵਾਲਾ ਵੇਖਾ, ਕਦੀ ਕੱਪ ਮੂੰਹ 'ਚ ਪਾ ਲੈਂਦਾ ਤੇ ਹੋਵੇ ਤੁਸੀਂ ਪਹਿਲੇ ਚਲ ਜਾਂਦੇ ਆ ਮਰੀਜ਼ ਵੇਖ ਕੇ ਬਾਬਿਆਂ ਕੋ, ਹੈ ਜਦੋਂ ਬੇੜਾ ਚੰਗੀ ਤਰ੍ਹਾਂ ਗਰਕ ਹੋ ਜਾਂਦਾ ਫਿਰ ਡਾਕਟਰਾਂ ਕੋ ਜਾਂਦੇ, ਅੱਗੋਂ ਡਾਕਟਰ ਫਿਰ ਜਦੋਂ ਕਹਿੰਦੇ ਨਾ ਕਿ ਹੁਣ ਤੁਹਾਡੇ ਕੋਲ ਟਾਈਮ ਥੋੜਾ ਸੀ ਕੁਛ ਨਹੀਂ ਕਰ ਸਕਦੇ, ਫਿਰ ਤੁਸੀਂ ਚੰਗੇ ਰਹਿਣ। ਉਹ ਚ ਹਾਸੇ ਵਾਲੀ ਗੱਲ ਹੈਗੀ, ਮਾਰਾਂ ਤੇਰੇ ਮੂੰਹ ਦੇ ਕੇ ਮੈਂ। ਇਹਨੂੰ ਕਿਸੇ ਦਿਖਾ, ਸਪੈਸ਼ਲਿਸਟ ਨੂੰ ਦਿਖਾ ਇਹਨੂੰ। ਉਹ ਯਾਰ ਆਹ ਕੀ ਕਰਦਾ ਵਾ? ਇਹਦੇ ਮੂੰਹ ਦਾ ਚੰਡ ਮਾਰ, ਇਹ ਕਾਲੀਆਂ ਉਹ ਲਾਲ ਮਿਰਚਾਂ ਲੈ ਕੇ ਨਾ, ਇਹ ਠੀਕ ਹੋ ਜਾਣਾ ਹੀ ਆ ਪੜਥੂ ਸਾਈਂ ਤੋਂ ਇਲਾਵਾ ਹੀ। ਇਹ ਜਦੋਂ ਆ ਕਰੇ ਨਾ ਮਿਰਚ ਲਾਲ ਲੈ ਕੇ, ਉਹ ਥੋੜੀ ਜਿਹੀ ਪਾਣੀ ਦੇ ਨਾਲ ਗਿੱਲੀ ਕਰਕੇ ਨਾ ਦੇ, ਪੂਰੇ ਕਮਾਟੂ ਫੇਰ ਦੇ ਮੂੰਹ ਦੇ ਵਿੱਚ, ਇਹ ਉਸ ਤੋਂ ਬਾਅਦ ਕਰ ਜਾਵੇ ਨਾ, ਇਹ ਉਸ ਤੋਂ ਬਾਅਦ ਕਰੇਗਾ ਬਾਬੇ ਕੋ ਨੀ ਹਟੀ, ਮੇਰੇ ਕੋ ਕੀ ਹਟੀ? ਜੇ ਕੋਈ ਨੀ ਹਟੀ, ਉਹ ਕਿੱਡਾ ਕਾਬਲ ਹੋਣਾ ਬਾਬਾ।
ਨਹੀਂ ਨਹੀਂ ਉਹਨੇ ਕਿਹਾ ਕਿ ਦਮ ਮੈਂ ਕਰਤਾ 40 ਦਿਨਾਂ ਚ ਹੁਣ ਫਰਕ ਪੈ ਜਾਏਗਾ ਨਾ ਉਹਨੇ ਫੂਕਾ ਮਾਰੇ ਠੰਡੀਆਂ ਠੰਡੀਆਂ ਚਵਲੇ ਜ਼ਮਾਨੇ ਦੀਏ ਮਾਮਾ ਉਹਨੇ ਤੈਨੂੰ ਫੂਕਾਂ ਮਾਰੀਆਂ ਤੂੰ ਸਾਨੂੰ ਥੁੱਕਾਂ ਮਾਰਨ ਦੇ ਨਹੀਂ ਬੇਟੇ ਉਹ ਠੰਡੀਆਂ ਫੂਕਾਂ ਇਸ ਵਾਸਤੇ ਸੀ ਉਹ ਉਸ ਟਾਈਮ ਕੋਲਡ ਡਰਿੰਕ ਪੀ ਰਿਹਾ ਸੀਗਾ ਲੈ ਬਾਬਾ ਜੀ ਕੋਲਡ ਡਰਿੰਕ ਪੀ ਰਿਹਾ ਬਾਬਾ ਕੋਲਡ ਡਰਿੰਕ ਪੀ ਰਿਹਾ ਸੀ ਨਾ ਉਹ ਇਸ ਵਾਸਤੇ ਠੰਡੀਆਂ ਫੂਕਾਂ ਹਜ਼ਾਰ ਪਾਟੇ ਨੇ ਨਾ ਬਾਬਿਆਂ ਦੇ ਕੋਲਡ ਡਰਿੰਕ ਤੇ ਨਾਲੇ ਹਜ਼ਾਰ ਪਾਟੇ ਨੇ ਇਹਨਾਂ ਲੋਕਾਂ ਦੇ ਬਾਬਾ ਜੀ ਨੇ ਤਾਂ 24 ਘੰਟੇ ਕੋਲਡ ਡਰਿੰਕ ਹੀ ਰੱਖੀ ਹੁੰਦੀ ਬਾਬਿਆਂ ਦੇ ਪਿੱਛੇ ਨਹੀਂ ਲੱਗਿਆ ਤੁਹਾਨੂੰ ਦੱਸਿਆ ਕਹਿੰਦੇ ਤੁਸੀਂ ਬੰਦੇ ਚੰਗੇ ਆ ਕਿਹਨੇ ਦੱਸਿਆ ਉਹਨਾਂ ਨੇ ਉਹ ਤਾਂ ਯਾਰ ਸਾਡਾ ਭਰਾ ਵਾ ਵੀਰ ਆ ਸਾਡਾ ਵੱਡਾ ਸਾਡੇ ਤਾਏ ਦਾ ਪੁੱਤਰ ਆ ਤੇ ਲੇਕਿਨ ਓਏ ਹਟ ਉਹਨਾਂ ਦਾ ਪੁੱਤਰ ਬਣ ਕਿੰਨੇ ਪੈਸੇ ਲੈਂਦਾ ਬਾਬਾ ਕਿੰਨੇ ਪੈਸੇ ਲਏ ਉਹਨੇ ਪੁੱਤਰ ਬਣ ਡਰ ਡੁਰ ਜਾਵੇ ਬੰਦਿਆਂ ਕੋ ਵੱਧ ਤੋਂ ਵੱਧ ਟੱਕਰ ਮਾਰ ਦਿੰਦੀ ਹੈ ਕਿਹਦਾ ਨਹੀਂ ਵਿਆਹ ਤਾਂ ਨਹੀਂ ਹੋਇਆ ਏਦਾਂ ਨਹੀਂ ਹੋਇਆ ਹਾਂਜੀ ਹਾਂਜੀ ਮੇਰਾ ਹੋਇਆ ਇਹ ਜਦੋਂ ਭਰਜਾਈ ਵੱਲ ਵੇਖਦਾ ਉਦੋਂ ਕਹਿੰਦਾ ਮੰਗਣੀ ਕਰੋ ਇਹਨੂੰ ਪਤਾ ਲੱਗੇ ਮੈਂ ਵੀ ਘਰ ਵਾਲਾ ਬਣਨ ਵਾਲਾ ਮਲੰਗਣੀ ਦੇ ਨਾਲ ਨੀ ਇਹਨੇ ਠੀਕ ਹੋਣਾ ਮੰਗਣੀ ਨਾਲ ਨੀ ਠੀਕ ਹੋਣਾ ਇਹਨੇ ਮਲੰਗਣੀ ਨਾਲ ਠੀਕ ਹੋਣਾ ਡਾਇਰੈਕਟ ਲਿਆ ਕੇ ਦੇਣ ਇਹਨੂੰ ਚੁੱਪ ਕਰਾਓ ਜੀ ਚੁੱਪ ਕਰਾਓ ਚਾਚੂ ਦੀ ਗੋਦੀ ਚ ਵੜ ਜਾ ਗੋਦੀ ਚ ਮੈਂ ਜੰਮਿਆ ਇਹਨੂੰ ਗੋਦੀ ਚ ਉਹ ਬਸ ਠੀਕ ਚੁੱਕਾ ਚੁੱਪਕਾ 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 ਮੈਂ ਤੇਰਾ ਗਾਲ ਕੱਢੀ ਮੈਂ ਤੇਰੀ ਦਾੜ ਕੱਢ ਦੇਣੀ ਹੋ ਗਈਆਂ ਦੋ ਹੁਣ ਹੁਣ ਦੇਖ ਹੁਣ ਨੀ ਰੋਂਦਾ ਕਿੱਥੇ ਰਹਿੰਦੇ ਤੁਸੀਂ ਅਸੀਂ ਢੁੱਡੀ ਵਾਲੇ ਢੁੱਡੀ ਵਾਲੇ ਮਾਲ ਡੰਗਰ ਰੱਖਿਆ ਤੁਸੀਂ ਨਹੀਂ ਨਹੀਂ ਆਲੇ ਦੁਆਲੇ ਕਿਤੇ ਹਾਂਜੀ ਸਾਹਮਣੇ ਹੈ ਸਾਹਮਣੇ ਘਰ ਲੈ ਬਸ ਫਿਰ ਉਹ ਇਹਦਾ ਹੈਗਾ ਬੱਚਿਆਂ ਵਾਲਾ ਜ਼ੇਨ ਇਹ ਕੱਦ ਕਾਟ ਕੱਢ ਲਿਆ ਇਹ ਠੁੱਲਾ ਜਿਹਾ ਬਣ ਗਿਆ ਦਿਮਾਗ ਇਹਦਾ ਉਹ ਨਿਆਣੇ ਵਾਲਾ ਹੀ ਹੈ ਉਹ 5 ਸਾਲਾਂ ਦੇ ਨਿਆਣੇ ਵਾਲਾ ਉਹ ਕਿਤੇ ਮੱਝ ਡਿੰਗਦੀ ਨੂੰ ਵੇਖ ਲਿਆ ਉਹੀ ਸੂਈ ਇਹਦੇ ਦਿਮਾਗ 'ਚ ਫਸੀ ਆ ਉਂਜੀ ਬੋਲੀ ਜਾਂਦਾ ਚਾਚੂ ਨੂੰ ਜੱਫੀ ਪਾ ਅਗਲਾ ਰੋਕਦਾ ਹੀ ਹੁੰਦਾ ਵਿਛੜਿਆ ਲੱਭਿਆ ਤੂੰ ਮੈਨੂੰ ਕੋਈ ਨੀ ਚਾਚੂ ਆ ਚਾਚੂ ਆ ਚਾਚੂ ਆ ਚਾਚੂ ਆ ਕੀ ਦੁਪੱਟਾ ਲਾ ਲਿਆ ਤੂੰ ਮੇਰੇ ਸਿਰ ਚੁੱਪ ਕਰ ਨਾ ਮਾਰੀ ਨਾ ਯਾਰ ਨਾ ਏਦਾਂ ਨਾ ਕਰੋ ਫਿਰ ਰੋਣ ਲੱਗ ਪਏਗਾ ਫਿਰ ਉਹ ਯਾਰ ਇਹ ਹੱਸਣ ਲੱਗ ਪਏਗਾ ਇੱਕ ਗਾਲ ਕੱਢ ਚਾਚੂ ਨੂੰ ਓਏ ਤੂੰ ਅੱਗੇ ਵੀ ਸਹੀ ਕੱਢੀ ਆ ਮੈਂ ਤੇਰੇ ਚੰਡਾ ਉਹ ਠੋਕਣੀਆਂ ਹੀ ਨਾ ਹੁਣ ਐਸ ਚਾਚੂ ਨੂੰ ਕੱਢ ਲਾ ਮੈਂ ਤੂੰ ਗਾਲ ਕੱਢ ਮੈਂ ਦੇਖ ਤੇਰਾ ਮੈਂ ਡੇਲਾ ਕਿਦਾਂ ਤੂੰ ਕੱਢ ਦੇ ਕੱਢ ਦੇ ਓਏ 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 ਕਿਸ ਮਰੀਦ ਦੇ ਬੱਚੇ ਹਾਂ ਕਰਦਾ ਤੇਰੀ ਮੈਂ ਕੰਮ ਕੁੰਮ ਕੀ ਕਰਦਾ ਹੈ ਮੇਰੇ ਕੰਮ ਕੁਛ ਵੀ ਨਹੀਂ ਵਿਹਲਾ ਹੀ ਘਰੇ ਬਸ ਇਹ ਹੈ ਕਿ ਹੁਣ 41 ਦਿਨ ਆ ਤੁਹਾਡੇ ਕੋਲ ਓਏ 41 ਦਿਨ ਛੱਡ ਦੇ ਮੈਂ ਤੈਨੂੰ ਦੱਸਦਾ ਓਏ ਅਸੀਂ ਪੁੱਲ ਬਣਾਉਣਾ ਵਾ 41 ਦਿਨ ਦੇ ਕੇ ਚੱਲਣਾ ਤੂੰ ਸਾਨੂੰ ਇਹਨੂੰ ਹਾਂ ਲਤੀਫਾ ਸੁਣਾਉਂਦੇ ਤੈਨੂੰ ਮੈਂ ਬੱਚਾ
दो जफ्फियां पा लेंगे तेरे फ्री हो जाएगा। दो जफ्फियां मैं लागे फिल्म स्टार भाई जिन्होंने जफ्फियां पाउणियां अमरीका चला मुंडा जफ्फियां पाउंदा फिरे जफ्फी पाला प्यो लब्भा ओनू पुराना ओनू जाके जफ्फियां पवा और जेडे बाबे कोल ओनू दम करा के आ पैर नू की करदा ओ किसे चकुंदर दे बच्चे आराम नाल बैठ मैं तुहानू दसा बच्चा है भाजी ओ केड़ा बच्चा यार ते इना लाडियां आप कर ला बच्चा ते नहीं मेना सारा दिन करदा ही रहंदा ते हुण वी तेरे नाल करे ओ यार इनू किसे हस्पताल जाके धक्का दे उत्थे इनू दाखल करा डाक्टर दा इलाज करा दा दिमाग खराब लिया दो सरिये लै के ना हां जी ਉਹ ਚੰਗੀ ਤਰ੍ਹਾਂ ਲਾਲ ਕਰਕੇ ਇਹਦੀਆਂ ਦੋਵਾਂ ਕੱਛਾਂ 'ਚ ਰੱਖ ਦੇ ਵੇਖ ਠੀਕ ਹੁੰਦਾ ਆ ਦੇਖ ਕੈਸੇ ਰਾਗ ਦੇ ਵਿੱਚ ਵੇਖ ਉਹਨੂੰ ਕੈਸਾ ਐ ਇਹ ਉਹ ਮਲਾਂਗਾ ਇਹਨੂੰ ਸਾਰੀ ਸਮਝ ਆ ਸਰੀਏ ਨੂੰ ਹੁਣ ਇਹਨੂੰ ਕੀ ਪਤਾ ਸਰੀਏ ਤੱਤੇ ਕੀ ਹੁੰਦੇ ਆ ਅੱਗੇ ਤੁਰ ਕੇ ਮੈਨੂੰ ਪਾਗਲ ਦੇ ਸੀ ਪਾਗਲ ਆ ਹੁਣ ਲੱਗੀ ਆ ਭੁੱਖ ਆ ਵੜ ਜਾ ਕਮਾ ਚੇ ਤਾਂ ਸੂਰ ਹੋਣਾ ਕੱਢ ਕੇ ਭੁੰਨ ਕੇ ਖਾ ਲਾ ਤੈਨੂੰ ਇੰਨਾ ਗੋਸ਼ਤ ਹੁੰਦਾ ਵਿੱਚ ਸਾਡੇ ਕਿਸੇ ਕੰਮ ਦਾ ਨੀ ਜਾ ਖਾ ਲਾ ਓਏ ਲੱਤ ਨਾ ਖਿੱਚ ਲੱਤ ਯਾਰ ਲੱਤ ਕਿਉਂ ਖਿੱਚਦਾ ਯਾਰ ਵੈਸੇ ਸ਼ੁਗਲ ਬੱਚਾ ਹੈ ਨਾ ਬਾਬੇ ਦੀ ਖਿੱਚੀ ਅੱਛਾ ਬਾਬੇ ਦੀ ਵੀ ਖਿੱਚਦਾ ਰਿਹਾ ਬਾਬੇ ਦੀ ਵੀ ਖਿੱਚੀ ਹਾਂਜੀ 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 ਬਾਬੇ ਦਾ ਦਮ ਤਾਂ ਮੂੰਹ ਭਰ ਜਾ ਪਿਆ ਹੋਣਾ ਨਹੀਂ 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 ਮੈਂ ਇਧਰੋਂ ਛੱਡਣੀ ਆ ਪਤਾ ਨਹੀਂ ਕਿਧਰੋਂ ਨਿਕਲ ਜਾਣੀ ਪਾਲਾ ਦਿਲ ਖਾ ਲਿਆ ਓ ਯਾਰ ਬਹਿ ਜਾ ਯਾਰ ਨੂੰ ਪਾਲਾ ਯਾਰ ਨੂੰ ਓ ਯਾਰ ਪਾਲਾ ਇੱਕ ਜੱਫੀ ਕਿਹੜੀ ਗੱਲ ਯਾਰ ਤੋਰੀਏ ਤੋਰੀਏ ਯਾਰ ਕੀ ਕਰ ਪਾਲਾ ਮਾਮਾ ਸ਼ੈਤਾਨੀਆਂ ਕਰਕੇ ਮੁੜ ਕੇ ਦੰਦੀਆਂ ਚੜਾਉਣ ਲੱਗ ਪਏ ਨੇ ਕਿਸੇ ਡਾਕਟਰ ਨੂੰ ਦਿਖਾਇਆ ਤੁਸੀਂ ਨਹੀਂ ਨਹੀਂ ਡਾਕਟਰ ਦਾ ਕੰਮ ਹੀ ਨਹੀਂ ਹੈਗਾ ਇਹ ਤਾਂ ਦਮ ਦਰੂਦ ਦਾ ਕੰਮ ਆ ਇਹ ਸਾਡਾ ਵੀ ਕੰਮ ਨਹੀਂ ਹੈਗਾ ਤੈਨੂੰ ਕਿੰਨੇ ਕਿਹਾ ਕਿੱਥੇ ਲਿਆਉਣਾ ਯਾਰ ਇਹਨੂੰ ਸਾਡੇ ਵਾਸਤੇ ਵੀ ਕੰਮ ਹੈ ਜਾ ਉਸ ਬਾਬੇ ਦੇ ਕੋਲ ਦੀ ਮੰਜੀ ਡਾ ਜਿਹਨੂੰ ਦੱਸ ਦੱਸ ਓਏ ਲੈ ਵਿਆਹ ਮੰਗਦਾ ਹੀ ਵਿਆਹ ਮੰਗਦਾ ਹੀ ਯਾਰ ਮੇਰੀਆਂ ਲੱਤਾਂ ਨੂੰ ਪੈਣ ਦਿਆ ਇਹਨੂੰ ਕਸਰ ਕੀ ਹੈ ਯਾਰ ਇਹਨੂੰ ਕਸਰ ਇਹ ਹੀ ਹੈ ਮੈਂ ਜੁੱਤੀਆਂ ਬੜੀਆਂ ਠੋਕਣੀਆਂ ਤੈਨੂੰ ਐਡ ਤੇ ਆ ਕੇ ਆ ਸਵੇਰੇ ਨਾਨ ਕਿੰਨੇ ਖਾਣੇ ਆ ਫੌਰੀ ਨਾਨ ਸਵੇਰੇ ਕਿੰਨੇ ਖਾਣੇ ਇਹ 6 15 20 ਨਾਨ ਸਵੇਰੇ ਨਾਲ ਕੀ ਸ਼ੋਰਬਾ ਕੀ ਖਾਣਾ ਨਾਲ ਨਾਲ ਸਾਲਣ ਕਾਦਾ ਸਾਲਣ ਬੱਚੇ ਕਰਦੇ ਹੁੰਦੇ ਸਾਡੇ ਘਰਾਂ ਚ ਵੀ ਬੱਚੇ ਆ ਅਸੀਂ ਵੀ ਤਾਏ ਚਾਚੇ ਆ ਸਾਡੇ ਤਾਂ ਬੱਚਿਆਂ ਨੇ ਕਦੀ ਇੰਜ ਨੀ ਕੀਤਾ ਲੈ ਤੂੰ ਇੱਜ਼ਤ ਲੁੱਟਣੀ ਚਾਹੁੰਦਾ ਮੇਰੀ ਕੀ ਰੌਲਾ ਕੀ ਤੈਨੂੰ ਭੈਣ ਬੱਚਾ ਹੈ ਯਾਰ ਬੱਚੇ ਨੂੰ ਇੰਨਾ ਪਤਾ ਹੈਗਾ ਕਿ ਯਾਰ ਮੈਂ ਕੀੜੀਆਂ ਹਰਕਤਾਂ ਕਰਨ ਲਿਆ ਯਾਰ ਬੇਟੇ ਨਾ ਚਾਚੂ ਨਾ ਇਹਦਾ ਕਾਕਾ ਗਾਲਾਂ ਕੱਢ ਲਿਆ ਕਰਦਾ ਉਹਦਾ ਯਾਰ ਆ ਦੇਖ ਓਏ ਓ ਸਟੱਪਣੀ ਦੇ ਬੱਚੇ ਸਪਣੀ ਦੇ ਬੱਚੇ ਬਾਦ ਆ ਮੈਂ ਤੈਨੂੰ ਕੁੱਟਾਂਗਾ ਹੀ ਫੜ ਕੇ ਯਾਰ ਇੱਥੇ ਆ ਜਾ ਯਾਰ ਮੱਖੀ ਓ ਤੂੰ ਬੈ ਭਰਾਵਾ ਇੱਥੇ ਆ ਜਾ ਓਏ ਤੇਰੀ ਮੰਮਾ ਦੀ ਚਾਦਰ ਛੱਡ ਦੇ ਮੈਂ ਤੈਨੂੰ ਕਹਿੰਦੇ ਆ ਇਹਨੂੰ ਬਾ ਬੱਚਾ ਹੈ ਭਾਜੀ ਕਰਨ ਦਿਓ ਕੁਛ ਯਾਰ ਹਟ ਜਾ ਤੂੰ ਇੱਥੇ ਬਹਿ ਲੈ ਯਾਰ ਸਾਲੇ ਆ ਹਟ ਜਾ ਹਟ ਜਾ ਬੱਚਾ ਹੈ ਭਾ ਜਾ ਜਾ ਚਾਚੂ ਨੂੰ ਜੱਫੀ ਪਾਲਾ ਜੱਫੀ ਪਾਲਾ ਪਾਲਾ ਜੱਫੀ ਚਾਚੂ ਉਹ ਕਿਤੇ ਖੋਤੇ ਦੇ ਬੱਚੇ ਜਾ ਮਗਰੋਂ ਲਾਇਓ ਯਾਰ ਸਾਡੇ ਉਹ ਮੁੜ ਗਿਆ